ਮੈਨੂੰ ਬਹੁਤ ਵਧੀਆ ਲੱਗਾ, ਜਿੰਨੇ ਵੀ ਬੱਚੇ ਗਾ ਗਿਆ ਮੇਰੇ ਲਈ ਸਾਰੇ ਵਧੀਆ ਨੇ, ਤੁਸੀਂ ਵੀ ਵਧੀਆ ਨੇ, ਗੁਰਜੀਤ ਜੀ ਵਧੀਆ ਨੇ ਸਾਰੇ। ਕਿਆ ਬਾਤ ਹੈ, ਇਹ ਖੂਬਸੂਰਤੀ ਹੁੰਦੀ ਹੈ ਜਿਹੜੇ ਬਾਬਾ ਬੋੜ ਅਸੀਂ ਕਹਿੰਦੇ ਨਾ ਦਰਖਤਾਂ ਦੀ, ਕਹਿੰਦੀ ਉਹਦੀ ਛਾਵਾਂ ਦੂਰ ਦੂਰ ਤੱਕ ਠੰਡਕ ਪਹੁੰਚਾਉਂਦੀ ਹੈ ਜੀ। ਸੋ ਇਹ ਤੁਹਾਡੇ ਸੁਭਾਅ ਦੀ ਖੂਬਸੂਰਤੀ ਹੈ ਜਿਹੜਾ ਤੁਸੀਂ ਸਾਰਿਆਂ ਨੂੰ ਇੱਕੋ ਅੱਖ ਨਾਲ ਇੱਕੋ ਨਜ਼ਰ ਨਾਲ ਦੇਖ ਰਹੇ ਹੋ, ਇੰਨਾ ਪਿਆਰ ਦੇ ਰਹੇ ਹੋ ਜੀ। ਉਸਤਾਦ ਲਾਲ ਚੰਦ ਜਮਲਾ ਜੱਟ ਜੀ ਨੇ ਨਾ ਇੱਕ ਗੀਤ ਲਿਖਿਆ ਸੀ, ਹਾਂਜੀ, ਫੁੱਲਾਂ ਮੈਂ ਨੂੰ ਸੰਭਾਲ, ਇਹ ਫੁੱਲ ਨੇ ਮੇਰੇ ਵਾਸਤੇ, ਅਸੀਂ ਜਿਨ੍ਹਾਂ ਨੇ ਆਪਣੀ ਮਹਿਗ ਫੁੱਲਾਂ ਨੂੰ ਸੰਭਾਲਣਾ, ਫੁੱਲ ਨੇ ਇਹਨਾਂ ਨੇ ਆਪਣੀ ਮਹਿਗ ਨੂੰ ਸੰਭਾਲਿਆ ਅਤੇ ਖਿੜੇ ਅਤੇ ਫੇਰ ਤੇ ਦੁਨੀਆਂ ਦੇ ਵਿੱਚ ਇਹਨਾਂ ਦੀ ਲੋਕ ਵਾਸਨਾ ਰਹਿਣਗੇ। ਅਤੇ ਜੇ ਤੁਸੀਂ ਕਹੋ ਤਾਂ ਮੈਂ ਦੋ ਬੋਲ ਸੁਣਾਉਣਾ ਜੀ। ਹਾਂਜੀ ਹਾਂ ਹਾਂ, ਮਹਿਕ ਨੂੰ ਸੰਭਾਲ, ਫੁੱਲਾਂ ਮਹਿਕ ਨੂੰ ਸੰਭਾਲ,
ਉਹ ਛੇਤੀ ਸੁੱਕ ਜਾਵੇਗਾ, ਉਹਨੇ ਲਵੇ ਦਾਨ ਜਾਏ ਤੂੰ ਜਿੰਨਾ ਰੁੱਕ ਜਾਵੇਗਾ, ਫੁੱਲਾਂ ਮਹਿਕ ਨੂੰ ਸੰਭਾ ਜੀ। ਹੁਣ ਅਸੀਂ ਕਮੈਂਟਸ ਬਾਰੇ ਜਾਣ ਲੈਂਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਜਸਵੀਰ ਦਾ ਗਾਣਾ ਕਿੱਦਾਂ ਲੱਗਾ, ਤੇ ਸਚਿਨ ਸਰ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਬਹੁਤ ਇੰਪ੍ਰੈਸਿਵ ਨਹੀਂ ਸੀ ਜਸਵੀਰ, ਟੂ ਬੀ ਵੈਰੀ ਆਨੈਸਟ, ਸੁਰ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਗੜਬੜ ਸੀ। ਅਬਵ ਐਵਰੇਜ ਤਾਂ ਨਹੀਂ ਕਹਿ ਸਕਦੇ, ਬਲੋ ਐਵਰੇਜ ਹੀ ਹੈ। ਔਰ ਠੀਕ ਹੈ, ਤਿਆਰੀ ਹੋਰ ਕਰੋਗੇ, ਹੋਰ ਅੱਛਾ ਗਾਓਗੇ। ਜਸਵੀਰ ਠੀਕ ਸੀ, ਬਹੁਤ ਵਧੀਆ ਵੀ ਨਹੀਂ ਸੀ, ਬਹੁਤ ਬੁਰਾ ਵੀ ਨਹੀਂ ਕਹਿ ਸਕਦੇ, ਠੀਕ ਸੀ। ਸ਼ਿੰਦਾ ਬਾਜੀ ਕੀ ਕਹਿਣਾ ਚਾਹੋਗੇ ਤੁਸੀਂ? ਗੱਲ ਇਹ ਗੁਰਜੀਤ ਸਿੰਘ, ਭਈ ਕੋਈ ਨਹੀਂ ਇੱਥੇ ਪੁੱਛਦਾ ਕਾਜਲ ਕਮਲੀ ਨੂੰ ਕਿੱਥੋਂ ਦੱਸ ਲਿਆ ਵਾਂ ਲੋਕ ਜਮਲੀ ਨੂੰ। ਦੇਖੋ ਜਮਲਾ ਜੀ ਸਾਡੇ ਵਿੱਚ ਹੈ, ਮਹਾਰਾਜ ਪੱਪੂ ਵੀ ਜਮਲਾ ਜੀ ਹੈ, ਉਸਤਾਦ ਜੀ ਤਾਂ ਹੈ। ਸੋ ਇਹ ਪੱਪੂ ਸਾਹਿਬ ਦਾ ਗਾਇਆ ਹੋਇਆ ਗੀਤ ਹੈ ਇਹ, ਅਤੇ ਚੰਦ ਬੋਲ ਪੱਪੂ ਕੁਝ ਬੋਲਣਗੇ ਇਸ ਗੀਤ ਬਾਰੇ, ਕਾਜਲ ਧੂਤਾ ਵਾਲੇ ਨੇ ਲਿਖਿਆ ਜੀ। ਮੋਤੀਆਂ ਤੇ ਤਿਰਿੰਜਣਾ ਆਪਾਂ ਭੁੱਲ ਗਏ ਹਾਂ, ਵੈਸਟਨ ਵਾਲੇ ਵਿਰਸੇ ਉੱਤੇ ਡੁੱਲ ਗਏ ਹਾਂ। ਬਈ ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾ, ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ, ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ। ਹੋ ਕੋਈ ਨੀ ਇੱਥੇ ਪੁੱਛਦਾ ਕਾਜਲ ਕਮਲੇ ਨੂੰ, ਕਿੱਥੋਂ ਲੋਕੋ ਲੱਭ ਲਿਆ ਵਾ ਜਮਲੇ ਨੂੰ, ਅੱਜ ਕਿੱਥੋਂ ਲੋਕੋ ਲੱਭ ਲਿਆ ਵਾ ਜਮਲੇ ਨੂੰ। ਦਿਲ ਨੀ ਸਾਡਾ ਲੱਗਦਾ ਤੁੰਬੇ ਤਾਰ ਬਿਨਾ, ਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ, ਬਈ ਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ, ਬਹੁਤ ਖੂਬਸੂਰਤ ਇੱਥੇ ਮਾਹੌਲ ਬਣਾ ਦਿੱਤਾ ਜੀ ਇੱਕ ਵਾਰ ਫਿਰ ਤੋਂ ਮਨਜੀਤ ਪੱਪੂ ਜੀ ਨੇ। ਜ਼ੋਰਦਾਰ ਤਾੜੀਆਂ ਸਾਡੇ ਜੱਜਿਸ ਲਈ ਅੱਜ ਦੇ ਇਸ ਮਾਹੌਲ ਦੇ ਲਈ, ਐਂਡ ਗੁੱਡ ਲੱਕ ਟੂ ਯੂ। ਸੋ ਦੇਖਦੇ ਹਾਂ ਅੱਗੇ ਚੱਲ ਕੇ ਰਿਜ਼ਲਟ ਕੀ ਬਣਦਾ ਜੀ, ਇੱਕ ਵਾਰ ਤਾੜੀਆਂ ਕੁੜੀ ਲਈ ਜੀ।